ਲਾਈਫ ਕੇਅਰ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਅੱਜ ਡਾਕਟਰ ਗੁਰੂ ਵਿਸ਼ਾਲ ਜੀ ਵੱਲੋਂ, ਪਵਨ ਸੂਰੀ ਜੀ ਵੱਲੋਂ ਅਤੇ ਹੋਰ ਇਹਨਾਂ ਦੀ ਟੀਮ ਵੱਲੋਂ ਜਿਹੜੀ ਸੁਸਾਇਟੀ ਕੰਮ ਕਰ ਰਹੀ ਹੈ, ਇਹਨਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਅੱਜ ਸੁਸਾਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਡੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਜੀ ਨੇ ਕੀਤਾ। ਤੋ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਇਹੋ ਜਿਹੇ ਲੋਕ ਸਾਨੂੰ ਆਣ ਕੇ ਐਪਰੀਸ਼ੀਏਟ ਕਰਦੇ ਆ, ਔਰ ਅਸੀਂ ਕੈਂਪ ਦੇ ਵਿੱਚ ਵੇਖਦੇ ਹਾਂ ਉਹ ਲੋਕ ਵੀ ਆਉਂਦੇ ਜਿਨ੍ਹਾਂ ਨੂੰ ਅਸੀਂ ਸੱਦਾ ਨਹੀਂ ਦਿੰਦੇ।